अस्सलाम वालेकुम गाइस, आज वाली वीडियो असि लैके आए ब्रेस्ट जेल ते ब्रेस्ट क्रीम ते। इस वीडियो च असि लैके आए दो क्वालिटी दी ब्रेस्ट क्रीम, एक साडे कोल है सरीना, एक साडे कोल है डर्मा डी, एक साडे कोल है बाले ब्रेस्ट क्रीम। इहदे विच दो ब्रेस्ट क्रीमां जिहड़ियां असि लैके आए ब्रेस्ट टाइटनिंग वास्ते, एक क्रीम साडे कोल है ब्रेस्ट नूं इनक्रीज करन वास्ते। इस वीडियो च असि तुहानूं मुकम्मल रिव्यू देवांगे किस तरह तुसीं क्रीम दा इस्तेमाल करके अपने जिहड़े ब्रेस्ट नूं टैट कर सकते हो ते अपने ब्रेस्ट नूं इनक्रीज कर सकते हो। ये वीडियो सिस्टरां वास्ते खास तौर ते जिन्हां दे ब्रेस्ट दा साइज छोटा वा ते इनक्रीज नहीं हो रहा, या जिन्हां दे ब्रेस्ट दा साइज बहुत ज्यादा हैवी आ लूज आ, ब्रेस्ट नूं टैट करन वास्ते ते इनक्रीज करन वास्ते अज दी बड़ी जबरदस्त वीडियो लैके आए हैं। वीडियो तुहानूं मुकम्मल रिव्यू देवांगे तुसीं किस तरह इस क्रीम नूं इस्तेमाल करके अपने ब्रेस्ट दे साइज नूं टैट कर सकदे हो ते ब्रेस्ट दे साइज नूं तुसीं इनक्रीज कर सकदे हो। वीडियो च अगे वधण तों पहले जिहड़ा सिस्टर भाई मेरे चैनल ते नवां चैनल सबसक्राइब कर लो, बैल आइकन निशान नूं प्रेस कर दो ताकि इस तरह दीआं मजीद वीडियो आसानी नाल तुहाडे तक पहुंच सकन। ते गाइज अज वाली वीडियो च असीं लैके आए तीन ब्रेस्ट क्रीमां साडे कोल। सब तों पहले है सरीना ब्रेस्ट क्रीम। सरीना ब्रेस्ट क्रीम ब्रेस्ट नूं टाइट करन वास्ते बड़ी आउट क्लास क्रीम आ। मार्केट विच किसे भी अच्छे कॉस्मेटिक शॉप तों 650 रुपए की आसानी नाल तुहानूं मिल जाएगी। ते वीडियो च अगे तुहानूं मुकम्मल रिव्यू देवांगे तुसीं इहनूं किस तरह इस्तेमाल करके अपने ब्रेस्ट नूं टाइट कर सकदे हो। लूज ब्रेस्ट नूं टाइट करन वास्ते बड़ी आउट क्लास क्रीम आ सरीना ब्रेस्ट क्रीम। दूसरे नंबर ते साडे कोल है डर्मा डी ब्रेस्ट क्रीम। ਇਹ ਜਿਹੜੀ ਕਰੀਮ ਹੈ ਵੀ ਬ੍ਰੈਸਟ ਨੂੰ ਇਨਕਰੀਜ਼ ਕਰਨ ਵਾਸਤੇ, ਬ੍ਰੈਸਟ ਨੂੰ ਟਾਈਟ ਕਰਨ ਵਾਸਤੇ ਬੜੀ ਆਊਟ ਕਲਾਸ ਕਰੀਮ ਡਰਮਾ ਡੀ ਬ੍ਰੈਸਟ ਕਰੀਮ, ਇਹ ਵੀ ਬ੍ਰੈਸਟ ਨੂੰ ਟਾਈਟ ਕਰਨ ਵਾਸਤੇ। ਤੀਸਰੇ ਨੰਬਰ ਤੇ ਜਿਹੜੀ ਸਾਡੇ ਕੋਲ ਹੈ ਬਾਲੇ ਬ੍ਰੈਸਟ ਕਰੀਮ, ਇਹ ਬ੍ਰੈਸਟ ਨੂੰ ਇਨਕਰੀਜ਼ ਕਰਨ ਵਾਸਤੇ, 6-in-1 ਬ੍ਰੈਸਟ ਨੂੰ ਇਨਕਰੀਜ਼ ਕਰਨ ਵਾਸਤੇ ਬੜੀ ਆਊਟ ਕਲਾਸ ਕਰੀਮ ਆ। 300 ml ਦਾ ਜਾਰ ਆ, ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ ਆਸਾਨੀ ਨਾਲ ਤੁਹਾਨੂੰ ਮਿਲ ਜਾਏਗੀ। 300 ml ਦਾ ਜਾਰ ਆ, ਇਹਦੀ ਕੀਮਤ ਵੀ 650 ਰੁਪਏ। ਤੇ ਤੁਹਾਨੂੰ ਸਭ ਤੋਂ ਪਹਿਲੇ ਬ੍ਰੈਸਟ ਨੂੰ ਇਨਕਰੀਜ਼ ਕਰਨ ਦਾ ਤਰੀਕਾ ਦੱਸਦੇ ਨੇ। ਤੁਸੀਂ ਆਪਣੇ ਬ੍ਰੈਸਟ ਨੂੰ ਕਿਸੇ ਅੱਛੇ ਸੋਪ ਨਾਲ ਜਾਂ ਕਿਸੇ ਅੱਛੇ ਬਾਥ ਨਾਲ ਤੁਸੀਂ ਜਿਹੜਾ ਨਾ ਬ੍ਰੈਸਟ ਨੂੰ ਤੁਸੀਂ ਸੋਪ ਨਾਲ ਜਾਂ ਵਾਸ਼ ਕਰ ਲੈਣਾ। ਵਾਸ਼ ਕਰਨ ਤੋਂ ਬਾਅਦ ਇਸ ਕਰੀਮ ਦਾ ਤਰੀਕਾ ਇਸਤੇਮਾਲ ਇਹ ਆ ਜਿਹੜੀ ਬ੍ਰੈਸਟ ਇਨਕਰੀਜ਼ ਕਰਨ ਦੀ, ਰਾਤ ਨੂੰ ਸੌਣ ਲੱਗਿਆ ਦਿਨ ਦੇ ਕਿਸੇ ਵੀ ਟਾਈਮ ਤੁਸੀਂ ਇਸ ਕਰੀਮ ਦੀ ਆਪਣੇ ਮਤਲੂਬਾ ਜਗ੍ਹਾ ਤੇ ਜਿੰਨੀ ਕੁ ਮਕਦਾਰ ਲੱਗਦੀ ਉਤਨੀ ਤੁਸੀਂ ਮਕਦਾਰ ਲੈ ਲੈਣੀ। ਇਹਦਾ ਤਰੀਕਾ ਇਸਤੇਮਾਲ ਇਹ ਆ, ਦੇਖੋ ਇਹਦੇ ਉੱਪਰ ਉਹਨਾਂ ਨੇ ਦੱਸਿਆ ਵੀ ਹੋਇਆ, ਤੁਸੀਂ ਜਿਹੜਾ ਨਾ ਬ੍ਰੈਸਟ ਨੂੰ ਜਿਹੜਾ ਨਾ ਮਾਲਿਸ਼ ਜਿਸਟਮ ਕਰਨੀ ਨਾ ਕਰੀਮ ਦੀ, ਤੁਸੀਂ ਤਲਵੀ ਸਾਈਡ ਤੋਂ ਉੱਤੇ ਨੂੰ ਮਾਲਿਸ਼ ਕਰਨੀ ਆ, ਉੱਪਰ ਵਾਲੀ ਸਾਈਡ ਤੋਂ ਨੀਚੇ ਨੂੰ ਕਦੇ ਵੀ ਮਾਲਿਸ਼ ਨਹੀਂ ਕਰਨੀ। ਅਗਰ ਤੁਸੀਂ ਉੱਪਰ ਵਾਲੀ ਸਾਈਡ ਤੋਂ ਨੀਚੇ ਨੂੰ ਮਾਲਿਸ਼ ਕਰੋਗੇ ਤੁਹਾਡੇ ਬ੍ਰੈਸਟ ਹੋਰ ਵੀ ਲੂਜ਼ ਹੋ ਜਾਣਗੇ। ਥੱਲੇ ਵਾਲੀ ਸਾਈਡ ਤੋਂ ਤੁਸੀਂ ਉੱਪਰ ਨੂੰ ਮਾਲਿਸ਼ ਕਰਨੀ ਹੈ ਬ੍ਰੈਸਟ ਨੂੰ ਟਾਈਟ ਕਰਨ ਵਾਸਤੇ, ਬ੍ਰੈਸਟ ਨੂੰ ਇਨਕਰੀਜ਼ ਕਰਨ ਵਾਸਤੇ। ਇਹ ਉਹਨਾਂ ਵਾਸਤੇ ਬਹੁਤ ਜ਼ਬਰਦਸਤ ਕਰੀਮ ਆ ਜਿਨ੍ਹਾਂ ਦੇ ਬ੍ਰੈਸਟ ਦਾ ਸਾਈਜ਼ ਛੋਟਾ, ਉਹ ਇਨਕਰੀਜ਼ ਕਰਨਾ ਚਾਹੁੰਦੇ। ਬਾਲੇ ਬ੍ਰੈਸਟ ਕਰੀਮ ਬੜੀ ਆਊਟ ਕਲਾਸ ਕਰੀਮ ਆ, 1 ਹਫ਼ਤੇ ਵਿੱਚ ਜਿਹੜਾ ਤੁਹਾਡੇ ਬ੍ਰੈਸਟ ਨੂੰ ਇਹ ਬਹੁਤ ਇਨਕਰੀਜ਼ ਕਰੇਗੀ, ਬਹੁਤ ਇਨਕਰੀਜ਼ ਕਰੇਗੀ। ਬੜਾ ਆਊਟ ਕਲਾਸ ਫਾਰਮੂਲਾ ਬਾਲੇ ਬ੍ਰੈਸਟ ਕਰੀਮ ਬ੍ਰੈਸਟ ਨੂੰ ਇਨਕਰੀਜ਼ ਕਰਨ ਵਾਸਤੇ। ਤੁਸੀਂ ਰਾਤ ਦੇ ਟਾਈਮ ਜਾਂ ਦਿਨ ਦੇ ਟਾਈਮ ਜਿਸ ਟਾਈਮ ਵੀ ਅਪਲਾਈ ਕਰਨਾ, ਨੀਚੇ ਵਾਲੀ ਸਾਈਡ ਤੋਂ ਉੱਪਰ ਨੂੰ ਮਾਲਿਸ਼ ਕਰਕੇ ਟੈਟ ਬਰਾ ਤੁਸੀਂ ਜਿਹੜਾ ਨਾ ਜਿੰਨੀ ਟੈਟ ਬਰਾ ਤੁਹਾਨੂੰ ਫਿਕਸ ਹੋਵੇ ਉਤਨੀ ਟੈਟ ਬਰਾ ਤੁਸੀਂ ਪਾ ਲੈਣੀ ਆ। 7-8 ਦਿਨਾਂ ਤੁਹਾਡੇ ਬ੍ਰੈਸਟ ਦਾ ਸਾਈਜ਼ ਬਹੁਤ ਇਨਕਰੀਜ਼ ਹੋ ਜਾਏਗਾ। ਦੂਸਰੇ ਨੰਬਰ ਤੇ ਸਾਡੇ ਕੋਲ ਹੈ ਡਰਮਾ ਡੀ, ਇਹ ਬ੍ਰੈਸਟ ਨੂੰ ਟਾਈਟ ਕਰਨ ਵਾਸਤੇ। ਇਹ ਵੀਡੀਓ ਉਹਨਾਂ ਵਾਸਤੇ ਜਿਨ੍ਹਾਂ ਦੇ ਬ੍ਰੈਸਟ ਦਾ ਸਾਈਜ਼ ਜ਼ਿਆਦਾ ਲੇਕਿਨ ਲੂਜ਼ ਆ, ਟਾਈਟ ਕਰਨ ਵਾਸਤੇ। ਇਹਦਾ ਵੀ ਤਰੀਕਾ ਇਸਤੇਮਾਲ ਇਹ ਹੀ ਆ, ਤੁਸੀਂ ਬ੍ਰੈਸਟ ਆਪਣੇ ਨੂੰ ਕਿਸੇ ਅੱਛੇ ਸੋਪ ਜਾਂ ਬਾਥ ਨਾਲ ਵਾਸ਼ ਕਰਨ ਤੋਂ ਬਾਅਦ ਰਾਤ ਦੇ ਟਾਈਮ ਜਾਂ ਦਿਨ ਦੇ ਟਾਈਮ ਜਾਂ ਜਿਸ ਟਾਈਮ ਵੀ ਤੁਹਾਡੇ ਕੋਲ ਮਕੂਲ ਵਕਤ ਹੋਵੇ ਤੁਸੀਂ ਇਹਦੀ ਮਾਲਿਸ਼ ਕਰਨੀ। ਮਾਲਿਸ਼ ਇਹਦੀ ਵੀ ਨੀਚੇ ਤੋਂ ਉੱਪਰ ਨੂੰ ਹੀ ਕਰਨੀ। ਕਰਨ ਤੋਂ ਬਾਅਦ ਤੁਸੀਂ ਟੈਟ ਬ੍ਰੈਸਟ ਜਿਹੜਾ ਨਾ ਟੈਟ ਕਿਸਮ ਦਾ ਬਰਾ ਤੁਸੀਂ ਪਾ ਲੈਣਾ। ਇਹ ਤੁਹਾਡਾ 10-15 ਮਿੰਟਾਂ ਚ ਬ੍ਰੈਸਟ ਨੂੰ ਟੈਟ ਕਰ ਦੇਗੀ। ਅਗਰ ਤੁਸੀਂ ਇਹਨੂੰ ਪ੍ਰੋਪਰ 1-2 ਮਹੀਨੇ ਇਸਤੇਮਾਲ ਕਰੋਗੇ ਤੁਹਾਡੇ ਬ੍ਰੈਸਟ ਦਾ ਸਾਈਜ਼ ਕਨਫਰਮਲੀ ਟੈਟ ਹੋ ਜਾਏਗਾ। ਤੀਸਰੇ ਨੰਬਰ ਤੇ ਸਾਡੇ ਕੋਲ ਹੈ ਸਰੀਨਾ ਬ੍ਰੈਸਟ ਕਰੀਮ। ਇਹ ਜਿਹੜੀ ਬੜੀ ਆਊਟ ਕਲਾਸ ਕਰੀਮ, ਇਹ ਬੜੀ ਆਊਟ ਕਲਾਸ ਕਰੀਮ ਆ, ਬੜੀ ਆਊਟ ਕਲਾਸ ਕਰੀਮ ਆ, ਮਸਾਜ ਕਰੀਮ ਆ। ਇਹਦਾ ਤੁਸੀਂ ਹਲਕਾ ਹਲਕਾ ਮਸਾਜ ਕਰਨਾ, ਇਸੇ ਤਰ੍ਹਾਂ ਲਗਾ ਕੇ ਮਤਲੂਬਾ ਜਗ੍ਹਾ ਤੇ ਨੀਚੇ ਤੋਂ ਉੱਪਰ ਨੂੰ ਤੁਸੀਂ ਮਸਾਜ ਕਰਨਾ। ਤਕਰੀਬਨ 1-2 ਮਿੰਟ ਮਸਾਜ ਕਰਨ ਤੋਂ ਬਾਅਦ ਤੁਸੀਂ ਟੈਟ ਬਰਾ ਪਹਿਨ ਲੈਣੀ ਆ ਤੇ ਇਨਸ਼ਾਅੱਲਾ 10-15 ਦਿਨਾਂ ਤੁਹਾਡੇ ਬ੍ਰੈਸਟ ਦੀ ਬਿਲਕੁਲ ਲੂਜ਼ ਜਿਹੜੀ ਲੂਜ਼ਨੈਸ ਨੂੰ ਬਿਲਕੁਲ ਖਤਮ ਕਰ ਦੇਗੀ, ਬਿਲਕੁਲ ਤੁਹਾਡਾ ਬ੍ਰੈਸਟ ਟੈਟ ਹੋ ਜਾਏਗਾ। ਬ੍ਰੈਸਟ ਨੂੰ ਅਗਰ ਤੁਸੀਂ ਇਨਕਰੀਜ਼ ਕਰਨਾ ਚਾਹੁੰਦੇ ਹੋ ਬਾਲੇ ਬ੍ਰੈਸਟ ਕਰੀਮ ਖਰੀਦ ਲੈਣੀ। ਅਗਰ ਤੁਸੀਂ ਬ੍ਰੈਸਟ ਨੂੰ ਲੂਜ਼ ਬ੍ਰੈਸਟ ਨੂੰ ਟਾਈਟ ਕਰਨਾ ਚਾਹੁੰਦੇ ਹੋ ਡਰਮਾ ਡੀ ਜਾਂ ਸਰੀਨਾ ਬ੍ਰੈਸਟ ਕਰੀਮ ਤੁਸੀਂ ਖਰੀਦ ਲੈਣੀ। ਮਾਰਕੀਟ ਵਿੱਚੋਂ ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ 650 ਰੁਪਏ ਤੁਹਾਨੂੰ ਆਸਾਨੀ ਨਾਲ ਮਿਲ ਜਾਏਗੀ। ਖਰੀਦਣ ਤੋਂ ਪਹਿਲੇ ਤੁਸੀਂ ਇਸ ਚੀਜ਼ ਦੀ ਤਸੱਲੀ ਕਰ ਲੈਣੀ ਹੋਵੇ 1 ਨੰਬਰ 2 ਨੰਬਰ ਨਹੀਂ ਖਰੀਦਣੀ, 2 ਨੰਬਰ ਦਾ ਕੋਈ ਵੀ ਤੁਹਾਨੂੰ ਬੈਨੀਫਿਟ ਨਹੀਂ ਹੋਏਗਾ, ਸਾਈਡ ਇਫੈਕਟ ਹੀ ਹੋਏਗਾ। ਤੇ ਅਗਰ ਤੁਸੀਂ ਓਰੀਜਨਲ ਲਓਗੇ ਤੇ ਤਾਂ ਕੋਈ ਸਾਈਡ ਇਫੈਕਟ ਨਹੀਂ ਹੈ। ਇਹਦਾ ਤਰੀਕਾ ਇਸਤੇਮਾਲ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ, ਬ੍ਰੈਸਟ ਨੂੰ ਤੁਸੀਂ ਅੱਛੇ ਸੋਪ ਨਾਲ ਵਾਸ਼ ਕਰਨਾ, ਵਾਸ਼ ਕਰਨ ਤੋਂ ਬਾਅਦ ਇਹਦੀ ਮਸਾਜ ਕਰਨੀ, ਨੀਚੇ ਵਾਲੀ ਸਾਈਡ ਤੋਂ ਉੱਪਰ ਨੂੰ ਮਸਾਜ ਕਰਨ ਤੋਂ ਬਾਅਦ ਤੁਸੀਂ ਟੈਟ ਬਰਾ ਪਹਿਨ ਲੈਣੀ।
इंशाल्लाह 15 दिन ब्रेस्ट टाइट भी हो इनक्रीज भी हो गए। तो मैं उम्मीद करना तो मेरी वीडियो अच्छी लगी होगी। अगर मेरी वीडियो अच्छी लगी लाइक शेयर कमेंट जरूर कर देना। मिलते हैं नेक्स्ट वीडियो में। अपना ख्याल रखिएगा। अल्लाह हाफिज़।